ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਜੈ ਸਿੰਘ ਤੇ ਆਸ਼ੀਸ਼ ਖੇਤਾਨ ਸਮੇਤ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਏ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਨਹਾਨੀ ਮਾਮਲੇ ਵਿੱਚ ਸੁਣਵਾਈ ਲਈ ਇਹ ਇੱਥੇ ਪੇਸ਼ ਹੋਏ ਸਨ। ਵੀ ਮਈ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਦੋ ਹੋਰ ਆਗੂਆਂ ਦੇ ਖਿਲਾਫ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਮਾਮਲਾ ਦਰਜ ਕਰਵਾਇਆ ਸੀ। ਇਸ ਕੇਸ ਦੇ ਸਿਲਸਿਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋਏ। ਇਸ ਦੇ ਬਾਅਦ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਅਰਵਿੰਦ ਕੇਜਰੀਵਾਲ ਅਕਾਲੀ ਦਲ ਅਤੇ ਕਾਂਗਰਸ ਦੇ ਸਿਆਸੀ ਵਾਰ ਕਰਨਾ ਨਹੀਂ ਭੁੱਲੇ। ਉਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਮਿਲੀ ਭੁਗਤ ਦਾ ਇਲਜ਼ਾਮ ਲਗਾਇਆ। कैप्टन के खिलाफ भ्रष्टाचार के जो केसेस चल रहे थे वो सारे केसेस उन्होंने वापस ले लिए, बंद कर दिए। तो बादलों ने कैप्टन के खिलाफ केसेस बंद कर दिए और हमारे खिलाफ केसेस कर रहे हैं, पर्चे कर रहे हैं। तो सारा पंजाब देख रहा है कि कौन मिले हुए हैं, किस तरह से कैप्टन और बादल मिले हुए हैं। ਪੰਜਾਬ ਵਿੱਚ ਚੋਣਾਂ ਨੇੜੇ ਨੇ। ਅਜਿਹੇ ਵਿੱਚ ਕੇਜਰੀਵਾਲ ਨੇ 84 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਦਾ ਜ਼ਿਕਰ ਕਰਕੇ ਪੀਐਮ ਮੋਦੀ ਨੂੰ ਵੀ ਨਿਸ਼ਾਨੇ ਤੇ ਲਿਆ। ਸਰਕਾਰ ਨੇ ਇੱਕ ਲੂਲੀ ਲੰਗੜੀ ਐਸਆਈਟੀ ਬਣਾਈ ਜਿਸਨੇ 2 ਸਾਲ ਕੇ ਅੰਦਰ ਕੇਸਸ ਕੋ ਰਫਾ ਦਫਾ ਕਰਨੇ ਕੇ ਇਲਾਵਾ ਕੁਛ ਨਹੀਂ ਕੀਆ। ਕੁਛ ਦਿਨ ਮੈਨੇ ਪਹਿਲੇ ਮੈਨੇ ਪ੍ਰਧਾਨ ਮੰਤਰੀ ਜੀ ਕੋ ਚਿੱਠੀ ਲਿਖੀ ਹੈ, ਮੈਨੇ ਕਹਾ ਯਾ ਤੋ ਆਪ ਆਪਣੀ ਐਸਆਈਟੀ ਸੇ ਕਰਾ ਲੋ 1984 ਕੇ ਹਤਿਆਰੋਂ ਕੇ ਖਿਲਾਫ ਸਜ਼ਾ। ਬੀਤੇ 10 ਦਿਨਾਂ ਦੇ ਅੰਦਰ ਕੇਜਰੀਵਾਲ ਦੂਜੀ ਵਾਰ ਪੰਜਾਬ ਪਹੁੰਚੇ ਨੇ। ਇਸ ਤੋਂ ਪਹਿਲਾਂ ਉਹ ਪਾਰਟੀ ਦਾ ਟ੍ਰੇਡ ਮੈਨੀਫੈਸਟੋ ਜਾਰੀ ਕਰਨ ਲੁਧਿਆਣਾ ਪਹੁੰਚੇ ਸਨ। ਅੰਮ੍ਰਿਤਸਰ ਤੋਂ ਰਾਜਨ ਗੋਸਾਈ ਦੇ ਨਾਲ ਨਿਊਜ਼ ਡੈਸਕ ਪੋਟ ਜ਼ੀ ਮੀਡੀਆ।